ਜਲੰਧਰ ਦੇ ਪਿੰਡ ਫਤਾਹਪੁਰ ਦੇ ਵਿੱਚ ਪੁਰਾਣੀ ਰੰਜਿਸ਼ ਨੂੰ ਲੈ ਕੇ ਦੋ ਧਿਰਾਂ ਵਿਚਾਲੇ ਜੰਮ ਕੇ ਲੜਾਈ ਝਗੜਾ ਹੋਇਆ। ਲਗਾਤਾਰ 2 ਘੰਟੇ ਤੱਕ ਇੱਕ ਦੂਜੇ ਤੇ ਇੱਟਾਂ ਰੋੜੇ ਵਰਸਾਏ ਗਏ ਨੇ। ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਇੱਕ ਦੂਜੇ ਤੇ ਇੱਟਾਂ ਰੋੜੇ ਤੱਕ ਚਲਾਏ ਗਏ ਨੇ। ਤਾਂ ਇਸ ਲੜਾਈ ਦੇ ਵਿੱਚ ਜਿੱਥੇ 2 ਨੌਜਵਾਨ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ, ਉੱਥੇ ਹੀ ਘਰਾਂ ਦੇ ਵਿੱਚ ਲੱਗੇ ਸ਼ੀਸ਼ੇ ਤੱਕ ਟੁੱਟੇ ਨੇ। ਤਾਂ ਫਿਲਹਾਲ ਜ਼ਖਮੀਆਂ ਨੂੰ ਇਲਾਜ ਲਈ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਹੈ। ਸੱਟ ਲੱਗੀ, ਹੱਡੀ ਕਰੈਕ ਹੋਈ ਆ ਬਾਂਹ ਦੀ, ਠੀਕ ਆ। ਉਹਦੀ ਵਜ੍ਹਾ ਨਾਲ ਉਹਨਾਂ ਤੇ ਪਰਚੇ ਹੋਏ ਆ। ਜਿਹੜੀ ਫਾਇਰਿੰਗ ਕੀਤੀ ਉਹਨਾਂ ਨੇ ਸਾਡੇ ਘਰ ਆਣ ਕੇ ਗੋਲੀ ਚਲਾਈ, 2 ਵਾਰੀ ਗੋਲੀ ਚੱਲੀ ਇਹਨਾਂ ਵੱਲੋਂ। ਤੇ ਇਹਦੀ ਮੰਗ ਅਸੀਂ ਇਹੀ ਕਰਦੇ ਆ ਕਿ ਉਹਨਾਂ ਨੂੰ ਅਰੈਸਟ ਕੀਤਾ ਜਾਵੇ, ਤੇ ਜਿਹੜੀ ਆ ਹੁਣ ਦੀ ਦੁਬਾਰਾ ਇਹਨਾਂ ਨੇ ਨਵੀਂ ਗੈਂਗ ਭੇਜੀ ਸਾਡੇ ਵੱਲ, ਤੇ ਜੋ ਜਿੰਨਾ ਸਾਡਾ ਨੁਕਸਾਨ ਕੀਤਾ ਵਾ ਇਹ ਸਾਰਾ, ਮਤਲਬ ਇਹ ਜਿੱਥੋਂ ਤੱਕ ਵੀ ਹੁੰਦਾ ਇਹਨਾਂ ਤੇ ਕਾਨੂੰਨੀ ਕਾਰਵਾਈ ਕੀਤੀ। ਉਹ ਕਹਿੰਦੇ ਸਾਡੇ ਵੱਲੋਂ ਕੋਈ ਗੈਂਗ ਨਹੀਂ ਭੱਜੀ ਗਈ, ਬੰਦੇ ਸਾਰੇ ਇਹਨਾਂ ਦੇ ਘਰ ਹੀ ਆਉਂਦੇ ਆ, ਸਾਡੇ ਘਰ ਬੰਦੇ ਆਉਂਦੇ ਆ, ਤੇ ਬੋਤਲਾਂ ਅਸੀਂ ਆਪ ਮਾਰ ਲਈਆਂ ਉਹਨਾਂ ਦੇ ਕੋਠਿਆਂ ਤੇ ਜਾ ਕੇ। ਤੁਸੀਂ ਦੱਸੋ ਨਾ ਕਿੰਨਾ ਨੇ ਮਾਰੀਆਂ ਬੋਤਲਾਂ ਸਾਨੂੰ ਵੀ, ਜਿਹੜੇ ਤੁਹਾਨੂੰ ਅਸੀਂ ਸੱਦ ਕੇ ਤੇ ਅਸੀਂ ਸ਼ਰੇਆਮ ਬੋਤਲਾਂ ਦਿਖਾਉਂਦੇ ਪਏ ਆ, ਤੇ ਉਹ ਮਤਲਬ ਅਸੀਂ ਆਪਣੇ ਕੋਠੇ ਉਹਨਾਂ ਦੇ ਕੋਠਿਆਂ ਤੇ ਖਲੋ ਕੇ ਖੁਦ ਆਪਣੇ ਘਰੇ ਚਲਾ ਲਈਆਂ ਨੇ। ਉਹ ਕਹਿੰਦੇ ਸਾਡੇ ਕੋਠੇ ਵਿੱਟਾਂ ਬੜੀਆਂ ਆਈਆਂ ਜੀ, ਫਿਰ ਉਹਨਾਂ ਨੇ ਉਹਨਾਂ ਦਾ ਵੀ ਕਹਿਣਾ ਉਹ ਤੇ ਫਿਰ ਇਦਾਂ ਹੀ ਹੁੰਦਾ ਵਾ ਨਾ, ਜੇ ਫਿਰ ਹੁਣ ਤੂੰ ਮੇਰੇ ਚਪੇੜ ਮਾਰੇਂਗਾ ਤੇ ਮੈਂ ਗੜੀ ਹੱਥ ਬੰਨ ਕੇ ਤੇ ਖਲੋਤੀ ਨਹੀਂ ਰਹਿਣਾ ਵੀ, ਫਿਰ ਮੈਂ ਤੇ ਇੱਟ ਦਾ ਜਵਾਬ ਪੱਥਰ ਦੇਣਾ ਹੀ ਆ, ਠੀਕ ਆ ਨਾ। ਤੇ ਜਦੋਂ 3 ਵਾਰੀ ਫਾਇਰਿੰਗ ਹੋ ਗਈ ਸਾਡੇ ਤੇ, ਕੋਈ ਕਾਰਵਾਈ ਨਹੀਂ ਹੋ ਰਹੀ, ਠੀਕ ਆ ਨਾ। ਕੋਈ ਸਾਡੇ ਘਰ ਤੱਕ ਕੋਈ ਮੁਲਾਜ਼ਮ ਆਉਂਦਾ ਵਾ ਉਹ ਵੀ ਪੁੱਛ ਕੇ ਚਲ ਗਏ, ਠੀਕ ਆ। ਮੈਂ ਬਾਰ ਬਾਰ ਬੱਚਿਆਂ ਨੂੰ ਤੇ ਹੁਣ ਫਿਰ ਅਸੀਂ ਤੇ ਬੱਚਿਆਂ ਨੂੰ ਡੱਕਦੇ ਆ, ਤੇ ਜਦੋਂ ਕੋਈ ਇਕੱਠੇ ਹੋ ਕੇ ਬੋਤਲਾਂ ਲਿਆ ਕੇ ਸਾਡੇ ਸਿਰ 'ਚ ਮਾਰਨਗੇ, ਬਾਂਹ ਮੇਰੀ ਟੁੱਟੀ ਆ, 50,000 ਆਪਰੇਟ ਦਾ ਮੰਗਦੇ ਪਏ ਹੋ, ਹਜੇ ਤੱਕ ਮੈਂ ਉਹ ਨਹੀਂ ਕਰਵਾਇਆ ਵੀ। ਇਹਦਾ ਮਤਲਬ ਤੁਹਾਡੇ ਵੱਲੋਂ ਜਵਾਬ ਇੱਟ ਦਾ ਪੱਥਰ ਤਾਂ ਦਿੱਤਾ ਜਾ ਰਿਹਾ ਉਹਨਾਂ ਨੂੰ? ਇੱਟ ਦਾ ਪੱਥਰ ਅਜੇ ਦਿੱਤਾ ਨਹੀਂ ਅਸੀਂ, ਅਜੇ ਅਸੀਂ ਪੁਲਿਸ ਵੇਖਣ ਦੇ ਵੀ ਇਹ ਕੀ ਕਾਰਵਾਈ ਕਰਨ ਦੇ। ਅੱਛਾ, ਹਜੇ ਦੇਣਾ ਤੁਸੀਂ? ਉਹ ਤੇ ਫਿਰ ਨਾ ਕੋਈ ਹੋਊਗਾ ਤੇ ਫਿਰ ਚਲੋ ਇਹ ਤੇ ਫਿਰ ਭੱਜਦੇ ਆ ਨਵਾਣ, ਇੱਕੋ ਜਿਹਾ ਹੀ ਹੁੰਦਾ। ਠੀਕ, ਹਾਂਜੀ, ਕੀ ਨਾਮ ਭਾਈ ਤੁਹਾਡਾ? ਜਸਵੀਰ ਸਿੰਘ ਜੀ। ਤਾਂ ਕਾਰਨ ਕੀ ਆ, ਕਿੱਥੋਂ ਦੇ ਰਹਿਣ ਵਾਲੇ ਹੋ, ਕੀ ਝਗੜਾ ਹੋਇਆ? ਅਸੀਂ ਪਤਾਪੁਰ ਦੇ ਵਾਸੀ ਜੱਦੀ ਰਹਿਣ ਵਾਲੇ ਆ ਜੀ। ਹਾਂਜੀ, ਇਹਨਾਂ ਦੀ ਪੁਰਾਣੀ ਰੰਜਿਸ਼ ਸੀ, ਅੱਜ ਤੋਂ ਮਹੀਨਾ ਪਹਿਲਾਂ ਇੱਕ ਲੜਾਈ ਹੋਈ ਹੈ, ਤੇ ਉਹ ਤੋਂ ਪਹਿਲਾਂ ਵੀ ਹੋਈ ਹੈ 3 ਲੜਾਈ, ਤੀਸਰੀ ਲੜਾਈ 'ਚ ਉਸੀ ਕਰ ਹਮਲਾ ਕਰਤਾ ਸਾਡੇ 'ਤੇ। ਤਾਂ ਲੜਾਈ ਹੋਈ ਕਿਉਂ ਆ ਜੀ, ਪਹਿਲਾਂ ਜਿਹੜੀਆਂ ਲੜਾਈਆਂ ਹੋ ਰਹੀਆਂ ਲਗਾਤਾਰ ਪਿੰਡ ਦੇ ਵਿੱਚ? ਇਹ ਧਮਕੀਆਂ ਧਮਕੀਆਂ ਦਿੰਦੇ, ਜਿੱਦਾਂ ਬਾਹਰ ਬੱਚੇ ਬੁੱਚੇ ਜਾਂਦੇ ਇੱਦਾਂ ਧਮਕੀਆਂ ਲਾਉਂਦੇ ਆ, ਤੈਨੂੰ ਐਂ ਕਰ ਦੇਣਾ, ਮੈਂ ਜਿਉਂ ਕਰਦਾ ਗੈਂਗਸਟਰ ਹੈ ਹਰ ਕੋਲ, ਤੇ ਲੜਾਈ ਕਿਸੇ ਦੀ ਤਾਂ ਸਾਡੇ ਸਿਰ ਪਾਤੀ। ਅੱਛਾ, ਹਾਂਜੀ, ਤਾਂ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਹੋ? ਕਾਰਵਾਈ ਹੈ ਸਰ, ਇਹੋ ਕਹਿੰਦੇ ਆ ਵੀ ਜਿਹੜੇ ਬੰਦੇ ਫੜਨ ਵਾਲੇ, ਇੱਕ ਮਿੰਟ ਸਰ, ਜਿਹੜੇ ਬੰਦੇ 4 ਫੜਨ ਵਾਲੇ ਉਹਨਾਂ ਨੂੰ ਅਰੈਸਟ ਪਾਈ ਜਾਵੇ, ਉਹਨਾਂ ਦੇ ਸਾਨੂੰ ਬੇਹੱਦ ਮੇਰੇ ਬੱਚਿਆਂ ਨੂੰ ਚੁੱਪ। ਤੇ ਉਧਰ ਪਿੰਡ ਵਿੱਚ ਹੋਈ ਇਸ ਲੜਾਈ ਬਾਰੇ ਬੋਲਦਿਆਂ ਪਿੰਡ ਵਾਸੀਆਂ ਨੇ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਨਾ ਕੀ ਹੋਇਆ ਪਿੰਡ ਦੇ ਵਿੱਚ? ਇਹ ਪਿੰਡ ਦੇ ਵਿੱਚ ਵੇਖੋ ਜੀ, ਦੱਸਦੇ ਵੀ ਸ਼ਾਮੀ ਪਹਿਲਾਂ ਉਧਰ ਇਧਰੋਂ 2 ਮੁੰਡੇ ਹੈਗੇ, ਉਹਨਾਂ 2 ਮੁੰਡਿਆਂ ਨੂੰ 8-10 ਮੁੰਡਿਆਂ ਨੇ ਫੜਿਆ ਤੇ ਕੁੱਟਿਆ, ਛਿੱਤਰ ਪਤੋਲਾ ਕੀਤਾ ਵਾ ਉੱਥੇ ਟੁੰਡਿਆਂ ਦੁਕਾਨ ਗਾੜੀ, ਤੇ ਉੱਥੋਂ ਬਾਅਦ ਦੇ ਵਿੱਚ ਹਟ ਕੇ ਇਹ ਉਧਰੋਂ ਉਹ ਚੜ ਗਏ, ਉਧਰੋਂ ਉਹ ਚੜ ਗਏ, ਟੋਲਾ ਚਲਾਉਂਦੇ ਰਹੇ ਆ। ਕੋਈ ਨਾ ਕੋਈ ਗੱਲਬਾਤ ਤਾਂ ਹੈ, ਤਾਂ ਹੀ ਗੱਲ ਤਾਂ ਨਹੀਂ, ਕਿਸੇ ਗੱਲੋਂ ਨਾ ਉਹਦੇ ਗੱਲ ਪਏ ਮੁੰਡਿਆਂ ਦੇ, ਉਹ ਤਾਂ ਮੂੰਹੋਂ ਬਰੀਦ ਹੋਣ ਪਤਾ ਲੱਗ ਗਿਆ ਉਹਨਾਂ ਕਿਹੜੀ ਗੱਲੋਂ ਪਏ ਗੱਲ ਤੋਂ, ਦੱਸਿਆ ਨਹੀਂ ਉਹਨਾਂ, ਦੱਸਿਆ ਨਹੀਂ ਕੁਝ। ਤਾਂ ਤੁਹਾਡੇ ਵੱਲੋਂ ਸ਼ਿਕਾਇਤ ਦਿੱਤੀ ਗਈ ਹੈ ਪੁਲਿਸ ਨੂੰ? ਹਾਂ, ਗਈ ਸ਼ਿਕਾਇਤ। ਤਾਂ ਕੀ ਕੀਤਾ ਪੁਲਿਸ ਨੇ ਹੁਣ ਤੱਕ? ਪੁਲਿਸ ਨੇ ਅਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ। ਹੁਣ ਤੁਹਾਡੇ ਨਾਲ ਹੀ ਆਈ ਮੈਂ ਰੱਖਦੇ, ਤੁਸੀਂ ਲਿਖਿਆ ਆਏ ਹੋਣੇ ਅਵਲ ਤੇ। ਹਾਂ, ਹੁਣ ਹੀ ਆਏ ਜਿਹੜੇ ਆਏ, ਉਹ ਬਾਅਦ 1 ਗ੍ਰਾਮ ਮਾਰ ਕੇ ਮੁੜ ਕੇ ਨਹੀਂ ਆਇਆ ਕੋਈ। ਲੱਗਦਾ ਪੁਲਿਸ ਕਾਰਵਾਈ ਕਰੂ ਉਹਨਾਂ ਤੇ? ਅਜੇ ਤੇ ਕੋਈ ਸ਼ੱਕ ਜਿਹਾ ਪੈਂਦਾ ਵੀ ਨਾਲ ਹੀ ਗੱਲ ਸੀ। ਉਹ ਜਿਹੜੇ ਬੰਦੇ ਨਾ ਉਹ ਹੈਗੇ ਪੈਸੇ ਵਾਲੇ, ਸਾਡੇ ਕੋਲ ਪੈਸਾ ਨਹੀਂ, ਪੈਸੇ ਦੇ ਤੌਰ ਤੇ ਉਹ ਮਤਲਬ ਕਿ ਪੁਲਿਸ ਨੂੰ ਵੀ ਦਬਾਈ ਜਾਂਦੇ, ਕਿਸ ਤਰ੍ਹਾਂ ਵੀ ਕਰੀ ਜਾਂਦੇ, ਕਰੀ ਜਾਂਦੇ ਆ। ਗੈਂਗਸਟਰ ਨਾਲ ਆਉਂਦੇ ਹੈਗੀ ਆਗੇ, ਉਹਨਾਂ ਮੁੰਡਿਆਂ ਦੇ ਨਾਲ ਗੈਂਗਸਟਰ ਹੈਗੀ ਆ। ਅੱਛਾ, ਜਦੋਂ ਇਸ ਪੂਰੇ ਮਾਮਲੇ ਨੂੰ ਲੈ ਕੇ ਪੁਲਿਸ ਅਧਿਕਾਰੀ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਗੰਭੀਰਤਾ ਦੇ ਨਾਲ ਜਾਂਚ ਕਰਨ ਦਾ ਭਰੋਸਾ ਦਿੱਤਾ ਹੈ। ਹਾਂ ਜੀ ਸਰ, ਕੀ ਹੋਇਆ ਜੀ ਇੱਥੇ, ਜਿਹੜਾ ਲੜਾਈ ਝਗੜਾ ਬਹੁਤ ਗੋਲ? ਇੱਥੇ ਨਾ ਦਸਾ ਪ੍ਰਧਾਨ ਆ, ਉਹਦੇ ਲੜਕਿਆਂ ਦਾ ਤੇ ਇੱਕ ਮੁੰਡਾ ਇਧਰ ਕਰਨ ਹੋਣੀ ਨਹੀਂ, ਇਹਨਾਂ ਦਾ ਆਪਸੀ ਝਗੜਾ ਆ ਸੀ। ਉਸ ਬੰਦੀ ਨਾਲ ਕੋਠੇ ਤੇ ਚੜ ਕੇ ਦੋਵਾਂ ਧਰਾਂ ਨੂੰ ਇੱਟ ਵੱਟਾ ਚੱਲਿਆ ਉਧਰ ਉਧਰ ਹੀ, ਤੇ ਉਹ ਅਸੀਂ ਵੇਖਿਆ ਮੁੱਕਾ ਮੁੱਕਾ ਵੇਖ ਲਿਆ, ਇੱਕ ਮੁੰਡੇ ਸੱਟ ਲੱਗੀ, ਉਹਦਾ ਮੈਡੀਕਲ ਕਰਾਇਆ, ਉਹਦੀ ਰਿਪੋਰਟ ਆਉਂਦੀ ਆ, ਉਹ ਤੇ ਕਰ ਰਹੀ ਕਰ। ਉਹ ਕਹਿੰਦੇ ਨਸ਼ੇ ਕਰਕੇ ਹੋਇਆ ਸਾਰਾ? ਨਹੀਂ, ਨਸ਼ਾ ਕੋਈ, ਨਸ਼ੇ ਦੀ ਖੇਡ ਕੋਈ ਨਹੀਂ, ਇਹ ਆਪਸੀ ਦੋਵੇਂ ਆਪਸੀ ਮੁੰਡੇ ਮੁੰਡੇ ਝਗੜੇ ਨੇ। ਹਾਂਜੀ, ਇਹਨਾਂ ਮੋਟਰਸਾਈਕਲ ਵੀ ਟੁੱਟੇ ਨੇ? ਇਹ ਮੋਟਰਸਾਈਕਲ ਦਾ ਮੈਂ ਇੰਟੀਗੇਟਰ ਟੁੱਟਾ ਉਧਰ, ਜੱਸੇ ਦੇ ਭਤੀਜੇ ਦੇ, ਜੋ ਇੱਟ ਵਟਾਵਲ ਤੋਂ ਚੱਲਿਆ ਨਾ ਉਹ ਬੰਦੇ। ਤੇ ਕੀ ਕਾਰਵਾਈ ਮਜ ਲਿਆਂਦੀ ਹੁਣ? ਮੈਡੀਕਲ ਵਗੈਰਾ ਕਰਾਏ ਨੇ ਉਹਨਾਂ ਦੇ, ਆਏ ਆ ਬੰਦੇ ਤਕਰੀਬਨ ਭੱਜੇ ਨੇ ਸਾਰੇ ਘਰਾਂ ਦੋਵਾਂ ਦਿਨਾਂ ਦੇ, ਅਸੀਂ ਆਏ ਆ ਰੇਡ ਕਰਨੇ ਇੱਥੇ। ਹਾਂ, ਬੁਲਾਏ ਪਾਰਟੀਆਂ ਨੂੰ ਕਰਾ ਕੇ ਤੇ ਬਿਨ ਕਰਵੀ। ਸਕੈਨਿਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਰਘੂ ਮਹਿੰਦਰੂ ਦੀ ਰਿਪੋਰਟ।